ਇਹਨਾਂ ਮੁਲਾਜ਼ਮਾਂ ਨੇ ਬੰਦਾ ਫੜਿਆ ਥਾਣੇ ਲਿਆਂਦਾ ਇਹਨਾਂ ਦੇ ਕੋਲੋਂ ਬੰਦਾ ਕੰਧ ਕੁੱਦ ਕੇ ਤੇ ਭੱਜ ਜਾਂਦਾ ਉਸ ਤੋਂ ਬਾਅਦ ਸਾਡੇ ਪਿੰਡ ਵਾਲੇ ਬੰਦਾ ਫੇਰ ਫੜਾਉਂਦੇ ਨੇ ਨਾਲ ਲੱਗ ਕੇ ਹਾਂਜੀ ਉਹੀ ਬੰਦਾ ਉਹੀ ਬੰਦੇ ਨੂੰ ਇਹ ਬੰਦੇ ਨੂੰ ਫੇਰ ਛੱਡਦੇ ਨੇ ਇਹ ਕਹਿ ਰਹੇ ਨੇ ਹਸਪੀਟਲ ਦਾਖਲਾ ਕਰਕੇ 7:30 ਬੰਦਾ ਸਾਡੇ ਪਿੰਡੋਂ ਟੱਪ ਕੇ ਗਿਆ ਉਹਦੇ ਪਿਓ ਨੂੰ ਵੀ ਇਹਨਾਂ ਨੇ ਛੱਡ ਦਿੱਤਾ ਜੀ ਉਹ ਇੱਥੋਂ ਮੋਟਰਸਾਈਕਲ ਚਲਾ ਕੇ ਲੈ ਗਿਆ ਕਹਿੰਦੇ ਅਸੀਂ ਉਹਨੂੰ ਦਾਖਲ ਕਰਾਇਆ ਜੇ ਇੱਡਾ ਹੀ ਉਹ ਬਿਮਾਰ ਹੁੰਦਾ ਇੱਥੋਂ ਮੋਟਰਸਾਈਕਲ ਚਲਾ ਕੇ ਆਪਦੇ ਪਿੰਡ 'ਚ ਬਾਤੀ ਕਿਵੇਂ ਪਹੁੰਚਦਾ ਜੀ ਉਸ ਤੋਂ ਬਾਅਦ ਤੁਹਾਡੇ ਮੁਲਾਜ਼ਮਾਂ ਦਾ ਬਿਆਨਬਾਜ਼ੀ ਇਹ ਆ ਰਹੀ ਆ ਕਿ ਅਸੀਂ ਇੱਥੇ ਮੁਲਾਜ਼ਮ ਹੀ ਸੱਤਿਆਂ ਅਸੀਂ ਕੀ ਕਰੀਏ ਜੇ 7 ਮੁਲਾਜ਼ਮ ਆ ਤੁਹਾਡਾ 7 ਮੁਲਾਜ਼ਮ ਇੱਕ ਬੰਦਾ ਲਿਆ ਮੈਨੂੰ ਗੁੱਟ ਫੜਾਉਂਦਾ ਛੁੱਟ ਕੇ ਖਾ ਜਾਂਦੇ ਕਿਹੜਾ ਬੰਦਾ ਲਿਆਓ ਇਹਨਾਂ ਦੀ ਬਿਆਨਬਾਜ਼ੀ ਇਹ ਆ ਰਹੀ ਹੈ ਜੀ ਇਹ ਅਕਸਰ ਨੂੰ ਇਹ ਪੈਸਾ ਲੈ ਕੇ ਛੱਡਦੇ ਸੈਮੀਨਾਰ ਕਰਨ ਦਾ ਕੋਈ ਫਾਇਦਾ ਨਹੀਂ ਆ ਇਹ ਮਾਵਾਂ ਦੇ ਪੁੱਤ ਮਰਵਾ ਰਹੇ ਨੇ ਜਿਹੜੇ ਬੰਦੇ ਫੜ ਕੇ ਲਾਏ ਉਹਨਾਂ ਨੂੰ ਲੈਣ ਅੱਜ ਜਾਂ ਡਿਸਮਿਸ ਕੀਤਾ ਜਾਵੇ ਅਸੀਂ ਇਥੋਂ ਤਾਂ ਉੱਠਾਂਗੇ ਨਹੀਂ ਤਾਂ ਕੋਈ ਸਾਡਾ ਧਰਨਾ ਨਹੀਂ ਹੈ ਰੋਡ ਐਵੇਂ ਹੀ ਜਾਮ ਰਹੂਗਾ ਅਸੀਂ ਕਿਸੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਜੀ ਅੱਜ ਖੜੇ ਸਾਹਮਣੇ ਬਲਵਿੰਦਰ ਸਿੰਘ ਉੱਥੇ ਇਹਨਾਂ ਨੇ ਕੀਤਾ ਆਪਣੇ ਸੈਮੀਨਾਰ ਨਵੇਂ ਕਿਲੇ ਪਿੰਡ ਸਾਡੇ ਪਿੰਡ ਵੀ ਗਿਆ ਮੈਂ ਇਹਨਾਂ ਨੂੰ ਇਹ ਗੱਲ ਕੀਤੀ ਮੈਂ ਕਿਹਾ ਜੀ ਸਾਡੇ ਪਿੰਡ 70% ਚੋਰੀ ਹੋ ਗਈ ਤੁਹਾਡੇ ਦਰਖਾਸਤ ਦੀ ਕੋਈ ਤੁਹਾਡਾ ਕੋਈ ਮੁਲਾਜ਼ਮ ਪਹੁੰਚਿਆ ਨਹੀਂ ਇਹ ਕਹਿੰਦੇ ਸਾਡੇ ਕੋਲ ਦਰਖਾਸਤ ਹੀ ਪਹੁੰਚੀ ਕਹਿੰਦੇ ਅਸੀਂ ਬੰਦੇ ਹੀ 20 ਆ ਅਸੀਂ ਕੀ ਕਰੀਏ ਅਸੀਂ ਕਿੱਥੇ ਕਿੱਥੇ ਜਾਈਏ ਆਹ ਖੜੇ ਸਾਹਮਣੇ ਪੁੱਛੋ ਇਹਨਾਂ ਨੂੰ ਇਹਨਾਂ ਮੇਰੇ ਮੂੰਹ ਤੇ ਗਿਆ ਉਸ ਤੋਂ ਬਾਅਦ ਨੱਥਾ ਸਿੰਘ ਹੌਲਦਾਰ ਇੱਥੇ ਤੁਹਾਡਾ ਉਹ ਇਹ ਬਿਆਨਬਾਜ਼ੀ ਦੇ ਰਿਹਾ ਆਪਦੇ ਇਹਨਾਂ ਮੁਲਾਜ਼ਮਾਂ ਨੂੰ ਕਹਿ ਰਿਹਾ ਜਿਹੜੇ ਬੰਦੇ ਜ਼ਿਆਦਾ ਕੈਮਰੇ 'ਚ ਬੋਲ ਰਿਹਾ ਬਾਅਦ 'ਚ ਆਪਾਂ ਉਹਨਾਂ ਨੂੰ ਚੁੱਕ ਕੇ ਉਹਨਾਂ ਦੇ ਪਰਚੇ ਕਰਨੇ ਕਿਉਂ ਅਸੀਂ ਲੋਕਾਂ ਦੇ ਖਿਲਾਫ ਬੋਲੀਏ ਤੁਹਾਡਾ ਢਿੱਡ ਦੁਖਦਾ ਤੁਸੀਂ ਲੋਕਾਂ ਨੂੰ ਪੈਸੇ ਲੈ ਲੈ ਖਾਈ ਜਾਓ ਅਸੀਂ ਆਪਦੇ ਪਿੰਡ ਵਾਲਿਆਂ ਨਾਲ ਬੁਰੇ ਬਣੀ ਜਾਈਏ ਅਸੀਂ ਪਿੰਡੋਂ ਬੰਦੇ ਫੜਾਈਏ ਅਸੀਂ ਆਪਦੇ ਪਿੰਡ 'ਚ ਵੈਰ ਪੈਦਾ ਕਰੀਏ ਤੇ ਤੁਸੀਂ ਪੈਸੇ ਲੈ ਕੇ ਛੱਡੋ ਕਾਹਦਾ ਕਾਨੂੰਨ ਹੈ ਅੱਧਾ ਕਿਲੋਮੀਟਰ ਕਰੀਆਂ 1 ਕਿਲੋਮੀਟਰ ਲੱਖੋਗੇ ਜੇ ਦੋ ਪਿੰਡਾਂ 'ਚ ਇਹ ਨਸ਼ਾ ਨਹੀਂ ਖਤਮ ਕਰ ਸਕਦੇ ਜੀ ਤੇ ਦੂਜੇ ਪਿੰਡਾਂ 'ਚ ਕਿੱਥੋਂ ਖਤਮ ਕਰਨਗੇ 10 ਕਿਲੋ ਲਾਣ ਇਹਨਾਂ ਨੂੰ ਫੜਨੀ ਪੈ ਗਈ ਕਰੀਆਂ ਉੱਥੇ ਪਹੁੰਚ ਗਏ ਨੇ ਤੇ ਉਹ ਬੰਦਾ ਭੱਜਦਾ ਗਿਆ ਤੇ ਉਹਨੂੰ ਨਹੀਂ ਫੜਨਗੇ ਮੇਰਾ ਨਾਮ ਮੇਜਰ ਸਿੰਘ ਪਿੰਡ ਮੇਰਾ ਕਰੀ ਹਾਂਜੀ ਜਿਹੜਾ ਇਹਨਾਂ ਬੰਦਾ ਫੜਿਆ ਭੋਲੀ ਸਿੰਘ ਭੋਲੀ ਨਾਈ ਆ ਪਿੰਡ ਉਹਦਾ ਚਪਾਤੀ ਜੀ ਉਹਦੇ ਡੈਡੀ ਦਾ ਕੀ ਨਾਮ ਰੂੜਾ ਰੂੜਾ ਸਿੰਘ ਉਹ ਵੀ ਨਾਮ ਸਰਪੰਚ ਮਨਜੀਤ ਇਹਨਾਂ ਕੋਲ ਛਡਾ ਕੇ ਲੈ ਗਏ ਚਪਾਤੀ ਦਾ ਸੁਵਿਧਾ ਕੇਂਦਰ ਵਾਲੀ ਗੱਲ ਕਰ ਉਹ ਵੀ ਕੀਤੀ ਮੈਂ ਚੋਰੀ ਵਾਲੀ ਕਹਿਤਾ ਸੁਵਿਧਾ ਸੈਂਟਰ ਸਾਡੇ ਚੋਰੀ ਹੋਈ ਇਹਨਾਂ ਨੂੰ ਉਹ ਬੰਦਾ ਮੁੰਡਾ ਸੁਵਿਧਾ ਸੈਂਟਰ ਲੱਗਾ ਆ ਉਹਨੇ ਆਣ ਕੇ ਵੀਡੀਓ ਖਾਈ ਇਹ ਗੋਣ ਨੂੰ ਕਹਿੰਦੇ ਅਸੀਂ ਵੀਡੀਓ ਦਾ ਕੀ ਕਰਨਾ ਇਹਨਾਂ ਨੇ ਬਿਆਨਬਾਜ਼ੀ ਦਿੱਤੀ ਮੈਂ ਮੁੰਡੇ ਨੂੰ ਹੁਣੇ ਚੜਾ ਲਿਆਉਣਾ ਅੱਜ ਆ ਸੰਡੇ ਆ ਅੱਜ ਹੀ ਸੋਮਵਾਰ ਹੈ ਮੈਨੂੰ ਵਿਸ਼ਵਾਸ ਹੈ ਉਹਦੀ ਸੀਡੀ ਫੁਟੇਜ ਵੀ ਇਹਨਾਂ ਨੇ ਖੁਦ ਇਹ ਗੱਲ ਕਹੀ ਵੀ ਅਸੀਂ ਵੀਡੀਓ ਦਾ ਕੀ ਕਰੀਏ ਉਹ ਤੇ ਉਹਦੇ ਸੁਵਿਧਾ ਸੈਂਟਰ ਤਰੀਕਾਂ ਦੇ ਵਿੱਚੋਂ ਕੰਪਿਊਟਰ ਤੇ ਐਲਸੀਡੀ ਉਹਦੀ ਉੱਥੋਂ ਬੈਟਰੀ ਸਾਰਾ ਕੁਝ ਚੋਰੀ ਹੋਇਆ ਚੁੱਕਿਆ ਉਸ ਤਰ੍ਹਾਂ ਦਰਖਾਸਤ ਦੇਣ ਤੋਂ 2-3 ਦਿਨਾਂ ਬਾਅਦ ਇਹ ਬੰਦੇ ਉੱਥੇ ਤਲਾਸੀ ਲੈਣ ਜਾਂਦੇ ਨੇ ਵੀ ਕੀ ਚੋਰੀ ਹੋਇਆ ਅੱਧਾ ਕਿਲੋਮੀਟਰ ਤੇ ਨਹੀਂ ਇਹ ਜਾ ਸਕਦੇ ਜਿੱਥੋਂ 10 ਕਿਲੋਮੀਟਰ ਕਿਸੇ ਪਿੰਡ 'ਚ ਕਿੱਥੋਂ ਜਾਣਗੇ ਇੱਕ ਸਾਡੇ ਪਿੰਡ ਹੁਣ ਸਮੈਕੀਆਂ ਨੇ ਆਹ ਮੁੰਡੇ ਨੇ ਕਿਹਾ ਸਾਡੇ ਪਿੰਡ ਦੇ ਬੰਦੇ ਉਹਨੂੰ ਪਾਣੀ ਨਾਲ ਆ ਤੇ ਸਮੈਕੀਆਂ ਇਹਨਾਂ ਨੂੰ ਕਿਹਾ ਫੇਰ ਵੀ ਜਾਂਦੇ ਇਹਨੇ ਲਾਜ ਆ ਹੁਣ ਇਹ ਤੇ ਕਦੇ ਗੱਲ ਕਰੀਏ ਕੋਈ ਅੱਗੇ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਫੇਰ ਉਸ ਤੋਂ ਬਾਅਦ ਪਤਾ ਕੀ ਕਹਿੰਦੇ ਜੇ ਮੰਨ ਲਓ ਵੀ ਅਸੀਂ ਇਹਨਾਂ ਦਾ ਸਹਿਯੋਗ ਦਿੰਦੇ ਇਹ ਪੈਸਾ ਖਾ ਕੇ ਕਿਉਂ ਛੱਡਦੇ ਨੇ ਇਹਦੇ ਨਾਲ ਤਾਂ ਫਿਰ ਅਸੀਂ ਨਾ ਪਿੰਡ 'ਚ ਲੋਕਾਂ ਤੋਂ ਪੈਸੇ ਲੈਣ ਲੱਗ ਜਾਈਏ ਵੀ ਸਾਨੂੰ ਤੁਸੀਂ ਪੈਸਾ ਦੇ ਜਾਓ ਸਾਡੇ ਪਿੰਡ ਸ਼ਰਿਆਂ ਦੇ ਚੋ ਨਹੀਂ ਨਹੀਂ ਇਹ ਕੰਮ ਨਹੀਂ ਕਰਨਾ ਇਹਨਾਂ ਨੂੰ ਇੱਕ ਇੱਕ ਬੰਦੇ ਦਾ ਪਤਾ ਸੀ ਜਿਹੜਾ ਚਿੱਟਾ ਵੇਚਦਾ ਇਸ ਏਰੀਏ ਦੇ ਵਿੱਚ ਜਿਹਨੂੰ ਨਹੀਂ ਪਤਾ ਇੱਕ ਨਾ ਕੋਈ ਬੰਦਾ ਹੱਥ ਖੜਾ ਕਰਕੇ ਕਹਿੰਦੇ ਮੈਨੂੰ ਨਹੀਂ ਪਤਾ ਅਸ ਖੁਦ ਸਾਨੂੰ SHO ਸਾਹਿਬ ਨੇ ਖੁਦ ਆਪਦੇ ਕਮਰੇ 'ਚ ਕਿਹਾ ਜਿੱਦਣ ਅਸੀਂ ਸਹੁੰ ਪਾਈ ਗੁਰਦੁਆਰੇ ਅੱਜ ਤੋਂ 20-25 ਦਿਨਾਂ ਦੀ ਗੱਲ ਹੈ ਜੀ SHO ਸਾਹਿਬ ਨੂੰ ਅਸੀਂ ਕਿਹਾ ਵੀ ਤੁਹਾਡੇ ਸਾਰੇ ਮੁਲਾਜ਼ਮਾਂ ਨੂੰ ਪਤਾ ਹੈ ਇਹ ਬੰਦਾ ਕਿਉਂ ਨਹੀਂ ਚੁੱਕ ਰਹੇ ਇਹਨਾਂ SHO ਸਾਹਿਬ ਨੇ ਹਾਂਜੀ SHO ਸਾਹਿਬ ਨੇ ਇਹ ਗੱਲ ਕਹੀ ਵੀ ਇਹਨਾਂ ਨੂੰ ਮੈਂ ਕੀ ਲੈ ਕੇ ਜਾਵਾਂ ਨਾਲ ਜਿਹਦੇ ਇਹਨਾਂ ਨੂੰ ਗੱਡੀ ਜਿਹੜਾ ਪਹਿਲਾਂ ਹੀ ਉਹਨੂੰ ਫੋਨ ਕਰ ਦਿੰਦੇ ਤੇਰੇ ਘਰੇ ਰੈਡ ਪੈਣ ਲੱਗੀ ਅਕਸਰ ਹੁਣ ਮੌਜੂਦਾ ਥਾਣੇ ਦਾ SHO ਉਹ ਇੱਥੇ ਸਵੇਰ ਦਾ ਨਹੀਂ ਪਹੁੰਚਿਆ ਅਸੀਂ ਇੱਥੇ 8 ਵਜੇ ਦੇ ਬੈਠੇ ਅਸੀਂ ਮੂਰਖ ਆ ਜਾਂ ਇੰਨੀ ਜਨਤਾ ਬੈਠੀ ਖਰਾਬ ਹੋ ਰਹੀ ਹੈ ਇਹ ਮੂਰਖ ਆ ਇਹਨਾਂ ਨੂੰ ਕਾਹਦੀਆਂ ਤਨਖਾਹਾਂ ਮਿਲਦੀਆਂ ਜੇ ਇਹਨਾਂ ਨੂੰ ਦਿੰਦੇ ਨੇ 50,000 ਤਨਖਾਹ ਸਾਨੂੰ 10,000 ਦੇਣ ਅਸੀਂ 5 ਦਿਨਾਂ 'ਚ ਇੱਥੇ ਨਸ਼ਾ ਖਤਮ ਕਰਕੇ ਦਿੰਦੇ ਸਾਰੇ ਨੌਜਵਾਨ ਦੇਣ ਭਾਈ 5 ਦਿਨਾਂ 'ਚ ਨਸ਼ਾ ਨਾ ਖਤਮ ਕਰੀਏ ਸਾਡੇ ਨੌਜਵਾਨਾਂ ਨੂੰ ਦੇ ਦੇਣ
ਜੇ ਅਸੀਂ ਪੰਜਾਂ ਦਿਨਾਂ ਦੇ ਵਿੱਚ ਇਹਨੂੰ ਨਸ਼ਾ ਨਾ ਡਾਈਏ ਤਾਂ ਸਾਡੀ ਗਾਰੰਟੀ ਹੈ। ਆਹ ਵੇਖੋ ਜਿਹੜੇ ਮੁੰਡੇ ਵੇਚਦੇ ਨੇ ਇਹਨਾਂ ਨੂੰ ਅਸੀਂ ਲਿਸਟ ਬਣਾ ਕੇ ਦਿੱਤੀ, ਬਾਕੀ ਇਹਨਾਂ ਨੂੰ ਸਾਰਾ ਪਤਾ ਆਹ ਲਿਸਟ ਜੀ ਉਹਨਾਂ ਦੀ ਆਹ ਸਾਡੇ ਨਗਰ ਸਾਰੇ ਸੈਨ ਕੀਤੇ ਨਹੀਂ ਇਹ ਸੈਨ ਜਿਹਨਾਂ ਕੀਤੇ ਨਗਰ ਉੱਤੇ ਨਾ ਉਹਨਾਂ ਦੇ ਨੇ ਜੀ ਉੱਪਰ ਸਾਰੇ ਪੜ ਲਓ ਜੀ ਇਹ ਉੱਤੇ ਉਹਨਾਂ ਦੇ ਨੇ ਨਹੀਂ ਪਾ ਸਕਦੇ ਸਾਨੂੰ ਪਤਾ ਜੀ ਇੱਕ ਅਸੀਂ ਫੈਸਲਾ ਪਿੰਡ ਨਗਰ ਨੇ ਕੀਤਾ अपनी मां दी अंदर किन्ना दुख पहुंच गया। ये सिर्फ कुछ कोई नजायज नहीं बेच रहा ना सरकार वकारियां बक्या रहा पुलिस मुलाजम ये वकारे कोई सरकार नहीं विकारी सरकार नजायज बदनाम कर दे कि आज काली सरकार आ गई उन्हें विकाता आज कांग्रेस ने विकाता ये पैसे लेके विकाउंदे पए अज थोड़े दिन पहले अन्याय दी वीडियो पैदा हो।